ਆ 2 ਮਹੀਨੇ 3 ਮਹੀਨੇ ਹੋਰ ਲੱਗਣ ਤੋਂ ਪਹਿਲਾਂ ਦਸੰਬਰ ਤੱਕ ਉਹ ਸਿਰੇ ਚਾੜਨੀ, ਉਹ ਵੱਡੀ ਜ਼ਿੰਮੇਵਾਰੀ, ਉਹ ਟੀਮ ਬਣਾ ਕੇ ਸਾਰੀ ਅਸੀਂ ਇਹ ਕੰਮ ਟੋਟਲ ਕਰਾਂਗੇ। ਔਨ ਦਾ ਸੀਰੀਅਸ ਨੋਟ, ਅਸੀਂ ਜਾ ਕੇ ਮਹਾਰਾਣੀ ਪ੍ਰਨੀਤ ਕੌਰ ਜੀ ਜਿਹੜੇ ਸਾਡੇ ਸਤਿਕਾਰਯੋਗ ਤੇ ਚੰਨੀ ਜੀ ਮੁੱਖ ਮੰਤਰੀ ਤੇ ਸਾਰੀ ਕੈਬਨਿਟ ਤੇ ਅਸੀਂ MP ਜਾ ਕੇ, ਹਜੇ ਮੈਂ ਇੰਨੀ ਗੱਲ ਹੀ ਕਰੂੰਗਾ, ਉਹਨਾਂ ਕੋਲ ਜਾ ਕੇ ਕਾਂਗਰਸ ਪਾਰਟੀ ਨੇ 40 ਸਾਲ ਤੁਹਾਨੂੰ MP, MLA, 3 ਵਾਰ ਪ੍ਰਧਾਨ, 9.5 ਸਾਲ ਮੁੱਖ ਮੰਤਰੀ, ਡਿਪਟੀ ਲੀਡਰ, ਮਨਿਸਟਰ, ਕੋਈ ਵੀ ਐਸਾ ਅਹੁਦਾ ਨਹੀਂ ਜਿਹੜਾ ਨਹੀਂ ਰਿਹਾ। ਇਹ ਇਸ ਵੇਲੇ ਮੌਕਾ ਹੈ ਜਿਵੇਂ ਉਰੇ ਅਡਵਾਨੀ ਜੀ ਵਰਗੇ ਬਹਿ ਕੇ ਪਾਰਟੀ ਚ, ਮੋਦੀ ਸਾਹਿਬ ਹੋਣੀ ਤੇ ਜੋਸ਼ੀ ਜੀ ਹੋਣੀ ਸਾਰੇ ਨਾਲ ਐਜ਼ ਏ ਮੈਂਬਰ ਪਾਰਲੀਮੈਂਟ ਕੰਮ ਕਰਦੇ ਰਹੇ, ਮਾਰਗਦਰਸ਼ਨ ਦਿੰਦੇ ਰਹੇ, ਉਵੇਂ ਹੀ ਅੱਜ ਲੋੜ ਆ। ਤੇ ਮੈਨੂੰ ਲੱਗਦਾ ਸਾਡੀ ਇਸ ਗੱਲ ਨੂੰ ਜਿਹੜੀ ਆ ਵੈਸੇ ਵੀ ਪਹਾੜਾਂ 'ਚ ਠੰਡੇ ਹੋ ਜਾਣਾ, ਤੇ ਅਸੀਂ ਜਦੋਂ ਬੇਨਤੀ ਕਰਾਂਗੇ ਉਹਦਾ ਅਸਰ ਪਏਗਾ। ਇਹ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ, ਇਹ ਮਿਲਦਾ ਪਰਮਾਤਮਾ ਤੋਂ ਬਾਅਦ ਲੋਕਾਂ ਦੀ ਜਿਹੜੀ ਆਸਥਾ ਹੁੰਦੀ ਆ ਤੁਹਾਡੇ 'ਚ, ਉਹਦੇ ਕਰਕੇ ਇਹ ਅਹੁਦੇ ਮਿਲਦੇ ਆ। ਕੋਈ ਵੀ ਹੋਣ, ਇਹ ਸਿਰਫ ਲੋਕਾਂ ਨੂੰ ਸਮਰਪਿਤ ਹੋਣਾ ਤੁਹਾਨੂੰ ਪੈਂਦਾ ਹੈ। ਇਹਦੇ 'ਚ ਇਹ ਨਹੀਂ ਹੈ ਵੀ ਤੁਹਾਨੂੰ ਸਰਕਾਰੀ ਕੋਠੀਆਂ, ਗੱਡੀਆਂ ਤੱਕ ਕੇ ਮਿਨਿਸਟਰੀਆਂ ਸੀਮਤ ਹੁੰਦੀਆਂ। ਹੁਣ ਇਹਦਾ ਤੁਸੀਂ ਦੇਖ ਹੀ ਲਿਆ ਵੀ ਚਰਨਜੀਤ ਚੰਨੀ ਚੀਫ ਮਿਨਿਸਟਰ ਬਣੇ ਨੇ, ਪਰ ਉੱਦਣ ਦੇ ਜਿੱਦਣ ਦੇ ਬਣੇ ਨੇ ਤੇ 24 ਘੰਟਿਆਂ 'ਚੋਂ 2 ਘੰਟੇ ਉਹ ਸੌਂ ਸਕ ਰਹੇ, 18 ਤੋਂ 20 ਘੰਟੇ ਉਹ ਕੰਮ ਕਰਨਾ ਪਏ। ਇਹ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਇਹਦੇ ਨਾਲ, ਅਤੇ ਮੈਂ ਕਿਉਂਕਿ ਪਰਮਾਤਮਾ ਦੀ ਕਿਰਪਾ ਅਤੇ ਇਹਨਾਂ ਦੀ ਮੈਂ ਸਮਝਦਾ ਥੱਲੇ ਜਿਹੜੀ ਇਹ ਸਾਰਾ ਕੁਝ ਦੇਣ ਆ, ਸਿਆਸਤ 'ਚ ਅਸੀਂ ਲੋਕ ਹੈਗੇ ਹਾਂ ਤਾਂ ਇਹਨਾਂ ਕਰਕੇ ਹਾਂ। ਮੈਂ ਹਮੇਸ਼ਾ ਦੱਸਦਾ ਹੁੰਦਾ ਪਰਮਾਤਮਾ ਜਿਹੜੇ ਇਕੱਠੇ ਪਰਿਵਾਰ ਰਹਿੰਦੇ ਆ, ਭਰਾ ਪਰਿਵਾਰ, ਪਰਮਾਤਮਾ ਉਹਨਾਂ 'ਤੇ ਬਖਸ਼ਿਸ਼ ਰੱਖੇ। ਅਸੀਂ ਅੱਜ ਵੀ, ਕਿਉਂਕਿ ਸਰਦਾਰ ਬੇਅੰਤ ਸਿੰਘ ਜੀ ਦੇ 3 ਬੇਟੇ ਸੀ, ਜਿਹ 'ਚੋਂ ਤੇਜ ਪ੍ਰਕਾਸ਼ ਜੀ ਤੁਸੀਂ ਸਾਰੇ ਜਾਣਦੇ ਹੋ, ਜਿਨ੍ਹਾਂ ਦੇ ਬੇਟੇ ਗੁਰਕੀਰਤ ਨੇ, ਅਤੇ ਮੇਰੇ ਪਿਤਾ ਜੀ 10 ਸਾਲ ਦਾ ਸੀ ਮੈਂ ਕੁੱਲ ਜਦੋਂ ਉਹਨਾਂ ਦੀ ਡੈਥ ਹੋ ਗਈ, ਅਤੇ ਗੁਰਇਕਬਾਲ ਜਿਹੜੇ ਉਹਨਾਂ ਦੇ ਪਿਤਾ ਜੀ ਉਹ ਵੀ ਮਸਾਂ 15 ਕੁ ਸਾਲ ਦੇ ਹੋਣਗੇ ਜਦੋਂ ਉਹਨਾਂ ਦੇ ਪਿਤਾ ਸੁਖਵੰਤ ਸਿੰਘ ਜੀ ਦੀ ਡੈਥ ਹੋ ਗਈ। ਇਸ ਕਰਕੇ ਤੇਜ ਪ੍ਰਕਾਸ਼ ਜੀ ਅਤੇ ਅਸੀਂ ਸਾਰੇ ਇੱਕ ਛੱਤ ਥੱਲੇ ਅੱਜ ਵੀ ਰਹਿੰਦੇ ਹਾਂ, ਅਤੇ ਜੋ ਇਹਨਾਂ ਦਾ ਦਿਖਾਇਆ ਹੋਇਆ ਰਾਸਤਾ ਹੈ ਲਗਾਤਾਰ 1992 ਤੋਂ ਆਹ 2021 ਆ, 22 'ਚ ਇਲੈਕਸ਼ਨ ਆਏ, ਅਤੇ ਇੰਨੀ ਬਖਸ਼ਿਸ਼ ਆ ਰੱਬ ਦੀ ਅਤੇ ਲੋਕਾਂ ਦੀ, ਜਿਹੜੇ ਲਗਾਤਾਰ ਸਾਨੂੰ MLA, MP ਬਣਾਉਂਦੇ ਆ, ਉਹਨਾਂ ਕਰਕੇ ਹੀ ਆ ਨਾ ਆ ਬੈਠੇ ਆ। ਅਸੀਂ ਕਿਸੇ ਨੂੰ ਕੀ ਦੇ ਸਕਦੇ ਹਾਂ? ਅਤੇ ਪਰ ਅਸੀਂ ਪਾਰਟੀ ਦੀ ਕਦੇ ਲਾਈਨ ਨਹੀਂ ਛੱਡੀ। ਜੇ 4.5 ਸਾਲ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਲਗਾਤਾਰ 92 ਤੋਂ ਅੱਜ ਤੱਕ ਕੋਈ ਵੀ ਨਹੀਂ ਐਸਾ ਜਿਹੜਾ MLA ਹੋਵੇ, ਅਤੇ 3 ਵਾਰ ਲਗਾਤਾਰ ਮੈਂ MP ਹੋਵਾਂ, ਅਤੇ ਤਾਂ ਵੀ 4.5 ਸਾਲ ਕੋਈ ਮਿਨਿਸਟਰੀ ਨਹੀਂ ਮਿਲੀ ਗੁਰਕੀਰਤ ਸਿੰਘ ਨੂੰ, ਪਾਰਟੀ ਦੀ ਸੇਵਾ AICC ਸੈਕਟਰੀ ਸੀਗੇ, ਤਾਂ ਵੀ ਅਸੀਂ ਬਹੁਤ ਖੁਸ਼ ਸੀਗੇ ਅਤੇ ਕਦੇ ਪਾਰਟੀ ਨੂੰ ਕੋਈ ਉਲਾਂਭਾ ਨਹੀਂ ਕਦੇ ਕਿਸੇ ਨੂੰ। ਆਹ ਹੁਣ 3 ਮਹੀਨੇ ਰਹਿ ਗਏ ਆ ਅਤੇ ਬਣਾ ਤਾ, ਉਸੇ ਰੰਗ 'ਚ ਅਸੀਂ ਪਾਰਟੀ ਦਾ ਧੰਨਵਾਦ ਕਰ ਰਹੇ ਹਾਂ ਵੀ ਬਹੁਤ ਵੱਡੀ ਗੱਲ ਕੀਤੀ ਤੁਸੀਂ, ਇੱਕ ਨਵੀਂ ਜਿਹੜੀ ਟੀਮ ਲੈ ਕੇ ਆਏ, ਕਿਉਂਕਿ ਕੋਵਿਡ ਕਾਰਨ ਬਹੁਤ ਨੁਕਸਾਨ ਹੋ ਗਿਆ ਸਾਡਾ, ਜਿਹੜਾ ਮਹੱਤਵਪੂਰਨ ਟਾਈਮ ਸੀ, ਕੀਮਤੀ ਟਾਈਮ ਸੀ, ਉਹ ਇਹ ਮਹਾਂਮਾਰੀ ਕਰਕੇ ਡਿਵੈਲਪਮੈਂਟ ਦੇ ਕੰਮ ਰੁਕ ਗਏ, ਹੋਰ ਕੰਮ ਰੁਕ ਗਏ 2 ਸਾਲ 'ਚ। ਜਿਹੜਾ ਪੈਸਾ ਸੀ ਐਡਮਿਨਿਸਟ੍ਰੇਸ਼ਨ ਦਾ, ਉਹ ਸਾਰਾ ਧਿਆਨ ਸਰਕਾਰ ਦਾ ਕੋਵਿਡ ਦੇ ਜਿਹੜੇ ਪ੍ਰਬੰਧ ਸੀ ਉਹ 'ਚ ਲੱਗ ਗਿਆ, ਲੋਕਾਂ ਦੇ ਬਿਜ਼ਨਸ ਠੱਪ ਹੋ ਗਏ, ਬਹੁਤ ਕੁਛ ਭਰਪਾਈ ਆ ਜਿਹੜੀ ਉਹ ਕਰਨੀ ਹੁਣ, ਪਰ ਦਿਨ ਥੋੜ੍ਹੇ ਆ, ਕੰਮ ਜ਼ਿਆਦਾ, ਅਤੇ ਇਹਨਾਂ ਉੱਤੇ ਬਹੁਤ ਵੱਡੀ ਇਹ ਕੈਬਨਿਟ ਦੇ ਉੱਤੇ ਜ਼ਿੰਮੇਵਾਰੀ ਆ। ਇਹਨਾਂ ਨੂੰ ਤਾਂ ਦਿਨ ਰਾਤ ਕਰਕੇ ਜਿਹੜਾ ਹੈ ਉਹ ਆਪਣੇ ਕੌਨਸਟੀਚੁਐਂਸੀਆਂ ਵੀ ਦੇਖਣੀਆਂ, ਆਪਣੇ ਮਹਿਕਮੇ ਵੀ ਦੇਖਣੇ ਪੈਣਗੇ, ਇਹ ਸੌਖਾ ਕੰਮ ਨਹੀਂ ਗਾ। ਪਰਮਾਤਮਾ ਇਹਨਾਂ 'ਤੇ ਆਪਣੀ ਸਵੱਲੀ, ਮੈਂ ਸਮਝਦਾ, ਨਿਗਾਹ ਰੱਖੇ, ਆਸ਼ੀਰਵਾਦ ਰੱਖੇ। ਪਰ ਇੱਕ ਗੱਲ ਆ, ਅੱਜ ਜਿਹੜੇ ਰਾਹੁਲ ਗਾਂਧੀ 'ਤੇ ਕੁਐਸਚਨ ਕਰਦੇ ਸੀ ਜਿਹੜੇ ਦੂਜੀਆਂ ਪਾਰਟੀਆਂ ਵਾਲੇ, ਅੱਜ ਗੱਲ ਕਰਨ, ਇਹ ਦੁਨੀਆਂ 'ਚ ਮਿਸਾਲ ਬਣ ਗਈ। ਦੁਨੀਆਂ 'ਚ ਇੱਕ, ਮੈਂ ਕਾਸਟ ਦੀ ਤਾਂ ਨਹੀਂ ਗੱਲ ਕਰੂੰਗਾ, ਪਰ ਇੱਕ ਜਿਹੜਾ ਇੱਕ ਮਕਾਨ 'ਚ ਰਹਿੰਦਾ, ਇੱਕ ਕੋਠੇ 'ਚ ਰਹਿੰਦਾ, 2 ਕਮਰਿਆਂ ਵਾਲਾ, ਉਹ ਬੰਦੇ ਨੂੰ ਚੀਫ ਮਿਨਿਸਟਰ ਪੰਜਾਬ ਦਾ ਬਣਾ ਕੇ ਇੱਕ ਚਾਨਣ ਮਨਾਰਾ ਪੇਸ਼ ਕੀਤਾ ਇਹ ਦੁਨੀਆ ਨੂੰ, ਇਹ ਕੌਣ ਕਰ ਸਕਦਾ? ਇਹ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਦੀ ਸੋਚ। ਅੱਜ ਹਰ ਗਰੀਬ ਦੇ ਘਰੇ, ਅੱਜ ਹਰ ਗਰੀਬ ਦੇ ਘਰੇ ਢੋਲਕੀ ਅਤੇ ਛੈਣੇ ਅਤੇ ਲੱਡੂਆਂ ਦੀ ਦੁਕਾਨਾਂ 'ਚ ਚਲੇ ਜਾਓ, ਲੱਡੂ ਮੁੱਕੇ ਪਏ ਆ। ਇੰਨੀ ਖੁਸ਼ੀ ਹੈ, ਇੰਨਾ ਚਾਅ ਹੈ,
ਉਦੋਂ ਬਾਅਦ ਜਿਹੜੇ ਦੋ ਸਾਲ ਜਿਹੜੇ ਕੋਵਿਡ ਕਰਕੇ ਕੰਮ ਡਿਲੇ ਹੋਏ ਉਹ ਆ ਦੋ ਮਹੀਨੇ 'ਚ ਤਿੰਨ ਮਹੀਨੇ 'ਚ ਕੋਵਿਡ ਲੱਗਣ ਤੋਂ ਪਹਿਲਾਂ ਦਸੰਬਰ ਤੱਕ ਉਹ ਸਿਰੇ ਚਾੜਨੇ, ਉਹ ਵੱਡੀ ਜ਼ਿੰਮੇਵਾਰੀ, ਉਹ ਟੀਮ ਬਣਾ ਕੇ ਸਾਰੀ ਅਸੀਂ ਇਹ ਕੰਮ ਟੋਟਲ ਕਰਾਂਗੇ। ਨਵੇਂ ਚੀਫ ਸੈਕਟਰੀ, ਨਵੇਂ ਡੀ ਜੀ ਪੀ ਆ ਗਏ ਨੇ, ਨਵੇਂ ਮਿਨਿਸਟਰ ਆ ਗਏ ਨੇ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ। ਮੈਨੂੰ ਤਾਂ ਹੋਰ ਵੀ ਡਬਲ ਖੁਸ਼ੀ ਇਸ ਦੀ ਆ ਵੀ ਮੇਰਾ ਜਿਹੜਾ ਜ਼ਿਲ੍ਹਾ ਹੈ, ਮੈਂਬਰ ਪਾਰਲੀਮੈਂਟ ਲੁਧਿਆਣੇ ਤੋਂ ਹਾਂ, ਪਹਿਲਾਂ ਮੇਰੇ ਵੱਡੇ ਭਰਾ ਆਸ਼ੂ ਜੀ ਜਿਹੜੇ ਕਿ ਫੂਡ ਸਪਲਾਈ ਮਹਿਕਮਾ ਬੜੀ ਵਧੀਆ ਮਿਨਿਸਟਰੀ ਕੰਮ ਕੀਤਾ, ਉਹਨਾਂ ਨੂੰ ਦੁਬਾਰਾ ਬਣਾਇਆ ਰੱਖਿਆ ਗਿਆ, ਅਤੇ ਨਾਲ ਗੁਰਕੀਰਤ ਸਿੰਘ ਜ਼ਿਲ੍ਹੇ ਦੇ ਨਹੀਂ ਕੈਪਟਨ ਸਾਹਿਬ ਥੋੜ੍ਹਾ ਗਰਮੀ 'ਚ ਸੀਗੇ ਕਿਉਂਕਿ ਉਹਦੇ ਮੌਸਮ ਗਰਮ ਸੀ ਪੰਜਾਬ ਚੰਡੀਗੜ੍ਹ ਦੇ ਵਿੱਚ। ਹੁਣ ਉਹ ਪਹਾੜਾਂ ਚਲੇ ਗਏ ਨੇ ਅਤੇ ਤੁਸੀਂ ਦੇਖੋਗੇ ਜਦੋਂ ਉੱਥੇ ਮੌਸਮ ਵੀ ਬਦਲੇਗਾ ਅਤੇ ਉਹਨਾਂ ਦਾ ਟੈਂਪਰੇਚਰ ਵੀ ਜਿਹੜਾ ਉਤਲੀਆਂ ਵਾਦੀਆਂ 'ਚ ਜਾ ਕੇ ਟੈਂਪਰੇਚਰ ਘਟੇਗਾ, ਜਿਹੜਾ ਗੁੱਸਾ ਏ ਉਹ ਠੰਡੀ ਜਗ੍ਹਾ ਜਾ ਕੇ ਕੁਦਰਤੀ ਗੱਲ ਆ ਗੁੱਸਾ ਘਟਦਾ ਏ ਅਤੇ ਖੁਸ਼ਹਾਲੀ ਆਉਂਦੀ ਆ ਅਤੇ ਚੰਗੀਆਂ ਹਰੀਆਂ ਵਾਦੀਆਂ 'ਚ ਜਦੋਂ ਬਹਿ ਕੇ ਉਹ ਸਾਹ ਲੈਣਗੇ ਤਾਂ ਤੁਸੀਂ ਆਪ ਦੇਖੋਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਉਹਦੇ ਵਿੱਚ ਬੜੀ ਤਬਦੀਲੀ ਆ ਜਿਹੜੀ ਉਹ ਦੇਖਣ ਨੂੰ ਮਿਲੇਗੀ। ਹਾਂ, ਔਨ ਦਾ ਸੀਰੀਅਸ ਨੋਟ, ਅਸੀਂ ਜਾ ਕੇ ਮਹਾਰਾਣੀ ਪ੍ਰਨੀਤ ਕੌਰ ਜੀ ਜਿਹੜੇ ਸਾਡੇ ਸਤਿਕਾਰਯੋਗ ਅਤੇ ਚੰਨੀ ਜੀ ਮੁੱਖ ਮੰਤਰੀ ਅਤੇ ਸਾਰੀ ਕੈਬਨਿਟ ਅਤੇ ਅਸੀਂ ਐਮ ਪੀ ਜਾ ਕੇ, ਹਜੇ ਮੈਂ ਇੰਨੀ ਗੱਲ ਹੀ ਕਰੂੰਗਾ, ਉਹਨਾਂ ਕੋਲ ਜਾ ਕੇ ਵੀ ਕਾਂਗਰਸ ਪਾਰਟੀ ਨੇ 40 ਸਾਲ ਤੁਹਾਨੂੰ ਹਰ ਅਹੁਦਾ ਐਮ ਪੀ, ਐਮ ਐਲ ਏ, 3 ਵਾਰ ਪ੍ਰਧਾਨ, 9.5 ਸਾਲ ਮੁੱਖ ਮੰਤਰੀ, ਡੈਪਟੀ ਲੀਡਰ, ਮਿਨਿਸਟਰ, ਕੋਈ ਵੀ ਐਸਾ ਅਹੁਦਾ ਨਹੀਂ ਜਿਹੜਾ ਨਹੀਂ ਰਿਹਾ। ਅਤੇ ਇਸ ਵੇਲੇ ਮੌਕਾ ਹੈ ਜਿਵੇਂ ਉਰੇ ਅਡਵਾਨੀ ਜੀ ਵਰਗੇ ਬਹਿ ਕੇ ਪਾਰਟੀ 'ਚ ਚਾਹੇ ਤਬਦੀਲੀ ਆਈ ਬਣੇ, ਮੋਦੀ ਸਾਹਿਬ ਹੋਣੀ ਅਤੇ ਜੋਸ਼ੀ ਜੀ ਹੋਣੀ ਸਾਰੇ ਨਾਲ ਐਜ਼ ਏ ਮੈਂਬਰ ਪਾਰਲੀਮੈਂਟ ਕੰਮ ਕਰਦੇ ਰਹੇ, ਮਾਰਗ ਦਰਸ਼ਨ ਦਿੰਦੇ ਰਹੇ, ਉਵੇਂ ਹੀ ਅੱਜ ਲੋੜ ਆ। ਅਤੇ ਮੈਨੂੰ ਲੱਗਦਾ ਸਾਡੀ ਇਸ ਗੱਲ ਨੂੰ ਜਿਹੜੀ ਆ ਵੈਸੇ ਵੀ ਪਹਾੜਾਂ 'ਚ ਠੰਡੇ ਹੋ ਜਾਣਾ ਅਤੇ ਅਸੀਂ ਜਦੋਂ ਬੇਨਤੀ ਕਰਾਂਗੇ ਉਹਦਾ ਅਸਰ ਪਏਗਾ। ਅਤੇ ਮੈਨੂੰ ਲੱਗਦਾ ਵੀ ਉਹ ਜਿਹੜਾ ਆਪਣਾ ਤਜਰਬਾ ਹੈ ਇੰਨਾ ਵੱਡਾ ਉਹ ਇਸ ਸਾਰੀ ਕੈਬਨਿਟ ਨੂੰ ਅਤੇ ਕਾਂਗਰਸ ਪਾਰਟੀ ਨੂੰ ਆਪਣਾ ਦੇਣਗੇ, ਚਾਹੇ ਉਹ ਫੌਜ ਦਾ ਤਜਰਬਾ ਹੈ, ਚਾਹੇ ਉਹ ਐਜ਼ ਏ ਇੱਕ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਉਸ ਪਰਿਵਾਰ 'ਚੋਂ ਨੇ ਉਹਦਾ ਤਜਰਬਾ ਹੈ, ਚਾਹੇ ਕਾਂਗਰਸ ਪਾਰਟੀ 'ਚ ਮੁੱਖ ਮੰਤਰੀ ਰਹਿਣ ਦਾ ਤਜਰਬਾ, ਉਹਦਾ ਲਾਭ ਜਿਹੜਾ ਹੈ ਪਾਰਟੀ ਨੂੰ ਉਹ ਆਉਣ ਵਾਲੇ ਦਿਨਾਂ 'ਚ ਦੇਣਗੇ। ਕੋਸ਼ਿਸ਼ ਬੜੀ ਹੋਊਗੀ ਹਾਈਐਸਟ ਲੈਵਲ 'ਤੇ ਕਿਉਂਕਿ ਮੀਡੀਆ ਵੀ ਉਹਨਾਂ ਨੂੰ ਪਸੰਦ ਕਰਦਾ ਅਤੇ ਬਾਕੀ ਪਾਰਟੀਆਂ ਜਿਹੜੀਆਂ ਉਹ ਹਾਈਐਸਟ ਲੈਵਲ ਦਿੱਲੀ 'ਤੇ ਵੀ ਉਰੇ ਉਹਨਾਂ ਨੂੰ ਬੜੀਆਂ ਕੋਸ਼ਿਸ਼ ਕਰਨਗੀਆਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਕੋਈ ਗਾਂਧੀ ਪਰਿਵਾਰ ਦੇ ਪਰ ਹੋਰ ਦੇ ਪਰ ਉਹਨਾਂ ਨੇ ਕੰਮ ਰਾਹੁਲ ਜੀ ਨਾਲ, ਸੋਨੀਆ ਜੀ ਨਾਲ, ਰਾਜੀਵ ਜੀ ਨਾਲ ਅਤੇ ਇੰਦਰਾ ਗਾਂਧੀ ਜੀ, ਮੈਨੂੰ ਉਹਨਾਂ ਨੇ ਆਪ ਦੱਸਿਆ ਥੋੜ੍ਹੇ ਦਿਨ ਪਹਿਲਾਂ ਹੀ ਵੀ ਪਟਿਆਲੇ ਤੋਂ ਮੈਨੂੰ ਜਿਹੜੀ ਟਿਕਟ ਆ ਉਹ ਇੰਦਰਾ ਗਾਂਧੀ ਜੀ ਨੇ, ਰਾਜੀਵ ਗਾਂਧੀ ਜੀ ਤੋਂ ਵੀ ਪਹਿਲਾਂ ਉਹ ਟਿਕਟ ਇੰਦਰਾ ਗਾਂਧੀ ਜੀ ਨੇ ਬੁਲਾ ਕੇ ਦਿੱਤੀ ਸੀ। ਉਸ ਵੇਲੇ ਪਾਰਟੀ ਬਹੁਤ ਹੀ ਉਹਦੇ ਚੰਗੇ ਵਾਲੇ ਉਸ ਵੇਲੇ ਹਾਲਾਤ ਨਹੀਂ ਸੀ ਅਤੇ ਉੱਥੇ ਜਿਹੜੇ ਪ੍ਰੈਜੈਂਟ ਮੈਂਬਰ ਪਾਰਲੀਮੈਂਟ ਸੀ ਪਟਿਆਲੇ ਤੋਂ ਉਹਦੀ ਟਿਕਟ ਕੱਟ ਕੇ ਉਸ ਵੇਲੇ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੂੰ ਟਿਕਟ ਦਿੱਤੀ ਸੀ। ਹਜੇ ਕਿ ਉਹ ਚਾਹੁੰਦੇ ਸੀ ਵੀ ਸਾਡੀ ਜਿਹੜੇ ਸਿਸਟਰ ਨੇ ਜਿਹੜੇ ਉਹਨਾਂ ਨੂੰ ਉਹ ਸਿਆਸਤ ਸੀਗੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਜਿਹੜੇ ਉਹਨਾਂ ਦੇ ਤੁਸੀਂ ਉਹ ਵੀ ਸਾਡੇ ਫੋਰਨ ਮਿਨਿਸਟਰ ਵੀ ਰਹੇ ਆ ਉਹਨਾਂ ਦੇ ਸਿਸਟਰ ਦੇ ਹਸਬੈਂਡ ਜਿਹੜੇ ਨੇ, ਇਸ ਕਰਕੇ ਨਟਵਰ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ, ਉਹਨਾਂ ਦੇ ਵਾਈਫ ਨੂੰ ਟਿਕਟ ਚਾਹੁੰਦੇ ਸੀ ਪਰ ਇੰਦਰਾ ਗਾਂਧੀ ਜੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟਿਕਟ। ਰਾਹੁਲ ਗਾਂਧੀ ਕੀ ਆਪਨੇ ਬਾਤ ਕਰੀ ਵਹੀ ਪ੍ਰਿਯੰਕਾ ਗਾਂਧੀ ਕੋ ਉਹਨੇ ਅਨੁਭਵ ਵੀ ਬਤਾਇਆ ਹੈ, ਇਸ ਬਿਆਨ ਕੋ ਕੈਸੇ ਦੇਖ ਰਹੇ ਹੋ ਆਪ? ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਗਰਮੀ ਕਾਫੀ ਸੀ, ਆਲੇ ਦੁਆਲੇ ਵੀ ਜਿਹੜੇ ਲੋਕ ਨੇ ਉਹ ਪੋਲਿਊਸ਼ਨ ਕਾਫੀ ਉਹਨਾਂ ਨੇ ਕ੍ਰੀਏਟ ਕੀਤਾ ਸੀ ਜਦੋਂ ਇਹ ਬਹਿਜਾ ਬਿਆਨ ਆ ਗਿਆ। ਅਤੇ ਤੁਸੀਂ ਹੁਣ ਦੇਖੋਗੇ ਵੀ ਮੌਸਮ ਵੀ ਬਦਲ ਗਿਆ, ਉਹ ਬੰਦੇ ਵੀ ਪਰੇ ਹੋ ਗਏ। ਅਤੇ ਯਾਰ ਇੱਕ ਗੱਲ ਨੂੰ ਮੈਂ ਹੁਣ ਜੇ ਇੱਕ ਗੱਲ 'ਚ ਮੈਂ ਕਹਾਉਣਾ ਹਰੇ ਮੈਂ ਇਦੋਂ ਅੱਗੇ ਵਧਣਾ ਨਹੀਂ ਚਾਹੁੰਦਾ ਕਿਉਂਕਿ ਅਸੀਂ ਬਹੁਤ ਸਮਾਂ ਉਹਨਾਂ ਤੋਂ ਕੁਛ ਸਿੱਖਿਆ ਉਹਨਾਂ ਨਾਲ ਕੰਮ ਕੀਤਾ। ਮੈਂ ਸਿਰਫ ਇੰਨਾ ਕਹੂੰਗਾ ਵੀ ਉਹਨਾਂ ਨੇ ਰਾਹੁਲ ਗਾਂਧੀ ਪ੍ਰਧਾਨ ਸੀ ਜਦੋਂ ਉਹਨਾਂ ਨੇ ਉਹਨਾਂ ਦੇ ਥੱਲੇ ਹੀ ਪ੍ਰਧਾਨ ਬਣੇ, ਉਹਨਾਂ ਦੇ ਥੱਲੇ ਉਹ ਚੀਫ ਮਿਨਿਸਟਰ ਰਹੇ, ਉਹਨਾਂ ਦੇ ਥੱਲੇ ਹੀ ਉਹ ਪਹਿਲਾਂ ਜਿਹੜਾ ਆ ਉਹਨਾਂ ਨੇ ਚੀਫ ਮਿਨਿਸਟਰੀ ਕੀਤੀ। ਅਤੇ ਜੇ ਉਦੋਂ ਉਹ ਚੰਗੇ ਸੀ, ਉਦੋਂ ਉਹਨਾਂ 'ਚ ਕਾਬਲੀਅਤ ਸੀ ਤਾਂ ਅੱਜ ਵੀ ਉਹਨਾਂ 'ਚ ਕਾਬਲੀਅਤ ਆ। ਇਹ ਗੱਲ ਫਿਰ ਐਂ ਲੱਗਦੀ ਹੈ, ਲੋਕ ਇਹ ਕਹਿੰਦੇ ਕਹਿਣਗੇ ਵੀ ਐਡਾ ਵੱਡੇ ਕੈਪਟਨ ਮਹਾਰਾਜ ਦਾ ਐਡਾ ਬੜਾ ਦਿਲ ਉਹਨਾਂ ਦਾ, ਐਡੀ ਵੱਡੀ ਉਹਨਾਂ ਦੀ ਖਾਨਦਾਨੀ, ਵੀ ਹੁਣ ਜੇ ਉਹ ਪਰੇ ਹੋ ਗਏ ਤਾਂ ਉਹ ਇਹ ਤਾਂ ਇਹ ਗੱਲ ਕਰ ਰਹੇ ਆ। ਇਸ ਕਰਕੇ ਇਹ ਛਵੀ ਨੂੰ ਨੁਕਸਾਨ ਨਾ ਜਾਵੇ ਕੈਪਟਨ ਅਮਰਿੰਦਰ ਸਿੰਘ ਜੀ। ਮੈਂ ਤਾਂ ਮੀਡੀਆ ਮੂਹਰੇ ਨਾ ਗੱਲ ਕਰਦਾ, ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਵੀ ਅਸੀਂ ਉਹਨਾਂ ਕੋਲ ਜਾਵਾਂਗੇ, ਸਾਡੇ ਉਹ ਬਜ਼ੁਰਗ ਨੇ,
ਉਹਨਾਂ ਕੋਲ ਰਿਕੁਐਸਟ ਕਰਾਂਗੇ, ਉਹਨਾਂ ਤੋਂ ਬਹੁਤ ਕੋਈ ਸਿੱਖਿਆ ਹੈ, ਅਸੀਂ ਉਹਨਾਂ ਨੂੰ ਕੋਈ ਸਿੱਖਿਆ ਨਹੀਂ ਦੇ ਸਕਦੇ। ਮੈਂ ਜੇ ਅੱਜ ਮੈਂ ਪਾਰਟੀ 'ਚ ਮੈਂ ਉਹਨਾਂ ਨੂੰ ਸਮਝਾਉਣ ਬਹਿ ਜਾਂ, ਉਹਨਾਂ ਤੋਂ ਤਾਂ ਅਸੀਂ ਉਹਨਾਂ ਨੇ ਸਾਨੂੰ ਬਣਾਇਆ, ਅਸੀਂ ਉਹਨਾਂ ਤੋਂ ਸਿੱਖਿਆ। ਪਰ ਮੈਨੂੰ ਲੱਗਦਾ ਥੋੜ੍ਹਾ ਚਿਰ ਦਾ ਗੁੱਸਾ ਹੈ, ਉਹ ਗੁੱਸਾ ਵਾਦੀਆਂ 'ਚ ਜਾ ਕੇ ਬਿਲਕੁਲ ਕੂਲੈਂਟ ਵਾਂਗੂ, ਜਿਵੇਂ ਗੱਡੀ 'ਚ ਕੂਲੈਂਟ ਪੈ ਜਾਂਦਾ ਨਾ, ਠੰਡਾ ਹੋ ਜਾਂਦੀ ਹੈ ਗੱਡੀ, ਉਵੇਂ ਉਹ ਠੰਡਾ ਹੋ ਜਾਣਾ ਹੈ। ਕੋਈ ਗੱਲ ਨਹੀਂ, ਬਜ਼ੁਰਗਾਂ ਦਾ ਗੁੱਸਾ ਹੁੰਦਾ। ਲੇਕਿਨ ਜਿਸ ਤਰੀਕੇ ਸੇ ਕਟ ਪਲੇਸ ਜੋ ਹੈ ਕਾਂਗਰਸ ਕੇ ਅੰਦਰ ਹੋ ਰਹਾ ਹੈ, ਲਗਤਾ ਹੈ ਕਿ 2022 ਮੇਂ ਇਸਕਾ ਖਾਮਿਆ ਜਾ ਕਾਂਗਰਸ ਨਾ ਜੀ ਨਾ, ਇੱਕ ਲਾਈਨ 'ਚ ਤੇ ਕਾਂਗਰਸ ਵਾਲਿਆਂ ਨੂੰ ਨਹੀਂ ਪਤਾ ਵੀ ਸਰਕਾਰ ਦੁਆਰਾ ਬਣਾਉਣੀ ਹੈ। ਕਟ ਪਲੇਸ ਦਾ ਕੀ ਮਤਲਬ ਹੋ ਗਿਆ? ਇੱਕ ਦੇਖੋ, ਬੀਜੇਪੀ ਸ਼ਹਿਰਾਂ 'ਚ ਖਤਮ, ਕਾਂਗਰਸ ਪਾਰਟੀ ਪਿੰਡਾਂ ਦੇ ਵਿੱਚ, ਚਾਹੇ ਉਹ ਕਿਸਾਨ ਯੂਨੀਅਨ ਹੋਣ, ਚਾਹੇ ਉਹ ਕੋਈ ਮਜ਼ਦੂਰ ਹੋਣ, ਟੋਟਲ ਅਕਾਲੀ ਦਲ ਤੋਂ ਖਫਾ ਇਹ ਬੰਦੇ ਨੇ ਜਿਨ੍ਹਾਂ ਨੇ ਬਿੱਲ ਆਰਡੀਨੈਂਸ ਹਰਸਿਮਰਤ ਨੇ ਵਿੱਚ ਬਹਿ ਕੇ ਪਾਸ ਕਰਾਇਆ, ਅਤੇ ਤੁਸੀਂ ਵੋਟ ਪਾਲਦੇ ਉਹਨਾਂ ਨੂੰ, ਤੁਸੀਂ ਵੋਟ ਪਾਲਦੇ ਹੋ। ਦੱਸੋ ਮੈਨੂੰ, ਅਕਾਲੀ ਦਲ ਨੂੰ ਵੋਟ ਮਿਲ ਜੂਗੀ? ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਕੋਈ ਇਹੋ ਜਿਹੀ ਗੱਲ ਅਨ ਪਾਰਲੀਮੈਂਟਰੀ ਇਸ ਮੀਡੀਆ ਦੇ ਪੂਰੇ ਟੀਵੀ ਦੇ ਮੂਹਰੇ, ਵੋਟਾਂ ਇਹ ਕਿੱਥੋਂ ਪਾਲਦੇ ਆ? ਤੁਹਾਨੂੰ ਪਤਾ ਹੀ ਹੈ ਜੋ ਹਾਲ ਹੋ ਰਹੇ ਆ, ਅਤੇ ਇਸ ਕਰਕੇ ਉਹਨਾਂ ਦੇ ਮੈਂ ਕੀ ਕਹਿਣਾ। ਇਸ ਵੇਲੇ ਯਾਰ ਗਰੀਬ ਮੈਂ ਜਿਹਦਾ 2 ਕਰੋੜ ਵਾਲਾ ਘਰ ਆ, ਉਹ ਵੀ ਘਰੇ ਢੋਲਕੀ ਛੈਣੇ ਲੱਡੂ ਵੰਡ ਰਿਹਾ ਹੈ। ਬਟ ਬਾਕੀ ਦਾ ਗੱਲ ਛੱਡ ਹੀ ਦਿਓ, ਸਭ ਇੱਕ ਮੈਂ ਕਹਿੰਦਾ ਮਜ਼ਹਬ, ਜਾਤ ਪਾਤ, ਮਾਝਾ ਦਵਾਲਵਾ ਦੁਆਬਾ ਸਭ ਇਕੱਠੇ ਹੋ ਗਿਆ, ਇੱਕ ਹੋ ਗਿਆ, ਅਤੇ ਮੈਂ ਸਮਝਦਾ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਕਾਂਗਰਸ ਪਾਰਟੀ ਜਿੱਤ ਕੇ ਮੈਜੋਰਿਟੀ 'ਚ ਆਊਗੀ, ਇਹ ਤੁਹਾਡੇ ਮੂਹਰੇ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ, 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰੋਪਰਟੀ ਝਗੜਾ, ਪਤੀ ਪਤਨੀ ਚਨਪਨ ਜਾਂ ਦੁਟੋਣਾ, ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467।